ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਤੁਹਾਡੇ? ਅਤੇ ਸੈਕਰਾਮੈਂਟੋ ਅੱਜ ਅਸੀਂ ਹੋ ਗਏ ਹਾਂ ਜੀ, ਪਹੁੰਚ ਚੁੱਕੇ ਹਾਂ, ਲੈਂਡ ਹੋ ਗਏ ਹਾਂ ਅਤੇ ਇੰਟਰਵਿਊਜ਼ ਚੱਲ ਰਹੀਆਂ ਜੀ। ਅਤੇ 14 ਮਈ ਨੂੰ ਪਹੁੰਚਣਾ ਸਾਰੇ ਜਾਣਿਆਂ ਨੇ, ਹੁੰਮ ਹੁਮਾ ਕੇ ਰੌਣਕਾਂ ਲਾਵਾਂਗੇ ਪੂਰੀਆਂ, ਚੰਗੇ ਚੰਗੇ ਗਾਣੇ, ਨਵੇਂ ਨਵੇਂ ਗਾਣੇ ਤੁਹਾਡੇ ਲਈ, ਸਾਡੇ ਨਾਲ ਆਰਟਿਸਟ ਇੱਕ ਥੋੜ੍ਹਾ ਜਿਹਾ ਤੁਹਾਨੂੰ ਸਰਪ੍ਰਾਈਜ਼ ਦਿੰਦਾ, ਇੱਕ ਬੰਦਾ ਸਾਡੇ ਨਾਲ ਅੱਜ ਹੋਰ ਹੈ ਜੀ। ਉਹ ਕਹਿੰਦੇ ਨੇ ਸੱਪ ਵਾਂਗੂ ਮੇਲੇ ਗੁੱਤ ਨਾਰ ਦੀ। ਅਮਰਤ ਮਾਨ, ਅਨਮੋਲ, ਗਗਨ ਮਾਨ, ਤੁਹਾਡਾ ਦਾਸ ਕੁਲਵਿੰਦਰ ਬਿੱਲਾ, ਰਣਜੀਤ ਵਾਟ, ਸੰਦੀਪ ਬਰਾੜ, ਸਾਰੀ ਟੀਮ ਕੁਛ ਆ ਗਏ, ਕੁਛ ਨੇ ਆਉਣਾ। ਤੇ 14 ਤਰੀਕ ਨੂੰ ਮਿਲਾਂਗੇ ਜੀ। ਮਾਨ ਸਾਹਿਬ ਮੁੱਛ ਪੂਰੀ ਰੱਖੀ ਆ ਤੁਸੀਂ? ਮਾਨ ਸਾਹਿਬ ਮੁੱਛ ਮੈਂ ਵੀ ਰੱਖੀ ਸੀ ਤੈਨੂੰ ਗੱਲ ਦੱਸਾਂ, ਸੱਚੀ ਕੀ ਹੋਇਆ ਯਾਰ, ਪਰਸੋਂ ਮੈਂ ਦਾੜੀ ਕੱਟਣ ਲੱਗਿਆ ਨਾ, ਕੱਲ੍ਹ ਹਾਂਜੀ ਦਾੜੀ ਮੁੱਛੇ ਨੂੰ ਕੱਟਣ ਲੱਗਿਆ, ਮਸ਼ੀਨ ਲਾਉਣ ਲੱਗਿਆ, ਉਹ ਨੰਬਰ ਵੱਡਾ ਕਰਨਾ ਸੀ, ਕਰ ਬੈਠਾ ਛੋਟਾ, ਉਹ ਇੱਥੋਂ ਚੱਕੀ ਗਈ ਯਾਰ, ਹੁਣ ਮੇਰੀ ਮੁੱਛ ਚੱਕੀ ਗਈ, ਮਿੱਤਰਾਂ ਨੇ ਮੁੱਛ ਚੱਕੀ ਹੈ। ਆਪਾਂ ਟੂਰ ਦੇ ਦੌਰਾਨ ਬਾਈ ਰੱਖ ਲੈਣੀ, ਹੋਰ ਸ਼ੂਟ ਵੀ ਸੀਗਾ ਮੈਂ ਤਾਂ, ਜਿਹੜਾ ਆਪਣਾ ਗਾਣਾ ਕਰਨਾ ਟਰੱਕ ਆਣਾ ਨਾ, ਓਕੇ ਉਹ 'ਚ ਰੱਖਿਆ ਹੋਇਆ ਸੀ ਹਿਸਾਬ ਕਿਤਾਬ। ਅਤੇ ਬਾਕੀ ਮੈਸੇਜ ਆਉਣੇ ਸ਼ੁਰੂ ਹੋ ਗਏ ਮੇਰੇ ਵੀਰ, ਗੁਰਪ੍ਰੀਤ ਸਿੰਘ ਢਾਲੀ ਵਾਲਾ ਕਹਿੰਦਾ ਕਿੱਦਾਂ ਬਰੂ? ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਦੱਸੋ ਸਾਰੇ। ਅਨਮੋਲ ਢਾਲੀਵਾਲ, ਮਨਜਿੰਦਰ ਜੀ, ਜਸ਼ਨ ਸਿੱਧੂ, ਬੈਠੇ ਨੇ ਕਰਾਊਨ ਰੈਕਰਸ ਦੇ ਵੱਲੋਂ ਕੰਪਨੀ ਬਾਈ ਹੋਰਾਂ ਦੀ, ਕਿਆ ਬਾਤ ਹੈ, ਗੱਲਾਂ ਮਿੱਠੀਆਂ, ਘੈਂਟ ਘੈਂਟ ਹਿੱਟ ਗੀਤ ਬਾਈ ਹੋਰਾਂ ਦੀ ਕੰਪਨੀ 'ਚ ਆਏ ਨੇ। ਬਾਬਾ ਜੀ ਕੁਛ ਹੋਰ ਗੱਲਬਾਤ ਕਰਨੀ ਹੋਵੇ ਤਾਂ ਕਰੋ। ਗੱਲਬਾਤ ਬਸ ਇਹ ਹੈ ਜੀ, ਸਪੈਸ਼ਲੀ ਦੁਬਾਰਾ ਫੇਰ 14 ਮਈ ਕੈਲਗਰੀ ਆਉਣਾ ਜੀ ਅਸੀਂ 2 ਜਾਂ 3 ਤਰੀਕ ਨੂੰ ਜੁਲਾਈ 'ਚ, ਭਾਈ ਗੁਰਪ੍ਰੀਤ ਹੋਣਾ ਨੇ ਪੁੱਛਿਆ। ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪਿਆਰ ਮੇਰੇ ਵੱਲੋਂ, ਜਿੰਨੇ ਵੀ ਵੀਰ ਮਿੱਤਰ ਜਿੰਨੇ ਵੀ ਕਮੈਂਟ ਕਰਦੇ ਆ, ਬੜਾ ਮਾਣ ਮਹਿਸੂਸ ਹੁੰਦਾ ਜੀ ਸਾਨੂੰ, ਤੁਸੀਂ ਪਿਆਰ ਦਿੰਦੇ ਹੋ। ਅਤੇ ਗਗਨਦੀਪ ਸ਼ਰਮਾ ਬਾਈ ਕਹਿੰਦਾ ਕਿੱਦਾਂ ਜੀ, ਬਹੁਤ ਵਧੀਆ। ਮਨਪ੍ਰੀਤ ਗਿੱਲ ਕਹਿੰਦੇ ਦੋਨਾਂ ਨੂੰ ਲਵ ਯੂ, ਸਾਡੇ ਦੋਵਾਂ ਵੱਲੋਂ ਲਵ ਯੂ ਟੂ। ਬਿੱਲੇ ਬਾਈ ਲਵ ਯੂ, ਦੇਖਦੇ ਆ, ਮੈਨੂੰ ਐਂ ਲੱਗਦਾ ਇਹ ਜਿਵੇਂ ਥੋੜ੍ਹਾ ਜਿਹਾ ਬਠਿੰਡੇ ਵਾਲਾ ਗੋਨੇ ਵਾਲਾ ਮੰਡੀ ਲੱਗ ਗਈ।